ਹਾਂਜੀ, ਕਿੱਦਾਂ ਕੀ ਹਾਲ ਚਾਲ ਜੇ ਦੋਸਤੋ? ਠੀਕ ਠਾਕ ਜੇ? ਅਸ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਬਈ ਵਲੌਗ। ਸੋ ਟਾਈਮ ਜਿਹੜਾ ਹੋ ਚੁੱਕਿਆ 5:15 ਅਤੇ ਸਬਜ਼ੀ ਮੰਡੀਓਂ ਆਏ ਹਾਂ ਹੁਣੇ ਬਈ, ਅਤੇ ਉਹ ਤੋਂ ਬਾਅਦ ਆ ਕੇ ਮੈਂ ਅੱਜ ਰੱਬ ਨੇ ਰੰਗ ਨਜ਼ਾਰੇ ਕਿ ਨਹੀਂ ਨਜ਼ਾਰਾ ਲਿਆ ਤਾ, ਰਾਤ ਮੀਂਹ ਪਾਤਾ ਰੱਬ ਨੇ। ਮੈਂ ਕਿਹਾ ਚਲੋ ਅੱਜ ਫਿਰ ਬੰਦ ਆ ਗਿਆ ਸੈਰ ਸਪਾਟੇ ਕਰਨੇ, ਅਤੇ ਮੌਸਮ ਰੱਬ ਨੇ ਕਰਿਆ ਪਿਆ ਗਿਆ ਸੰਤਰੀ ਸੰਤਰੀ। ਕੈਮਰੇ 'ਚ ਨੀਲਾ ਨੀਲਾ ਦੇਖ ਰਿਹਾ ਯਾਰ, ਸਾਨੂੰ ਸੰਤਰੀ ਸੰਤਰੀ ਦੇਖ ਰਿਹਾ, ਪਤਾ ਨਹੀਂ ਕੀ ਗੱਲ ਹੈਗੀ। ਅਤੇ ਇੱਕ ਤੁਹਾਨੂੰ ਹੋਰ ਸੱਚ ਗੱਲ ਦੱਸਦਾ, ਮੀਂਹ ਪਤਾ ਕਿੱਥੋਂ ਤੱਕ ਆ? ਮੀਂਹ ਆਪਣੇ ਇੱਥੋਂ ਆ, ਅਤੇ ਮਤਲਬ ਵੀ ਜਿੰਨਾ ਜਦੋਂ ਆਪਣੇ ਗੋਨਣ ਦੀ ਹੱਦ ਸ਼ੁਰੂ ਹੋ ਜਾਂਦੀ ਆ, ਆਪਣੇ ਜਿਹੜਾ ਆਉਂਦਾ ਜੀ ਨਹਿਰ ਜੀ ਆਉਂਦੀ ਆ, ਇਹ ਤੋਂ ਗਾਂ ਮੀਂਹ ਹੈ ਨਹੀਂ ਗਾ, ਮੰਡੀ ਮੰਡੀ ਮਤਲਬ ਮੀਂਹ ਹੈ ਨਹੀਂ, ਉੱਧਰੋਂ ਆਪਣੇ ਪਿੰਡ ਆ ਗਾ ਸਬਜ਼ੀ ਮੰਡੀ ਹੈਗਾ ਗਾ, ਸਾਰੇ ਕਿਤੇ ਫੁੱਲ ਆ ਮੀਂਹ, ਵਧੀਆ ਮਤਲਬ ਟਾਈਮ ਪਾਸ ਜੋਗਾ ਮੌਸਮ ਆ ਜਿਹਦੇ ਨਾਲ ਚਿਲਡ ਲੱਗੇ ਹੈਗਾ ਗਾ, ਅਤੇ ਇਕੱਲੀ ਮੰਡੀ ਮੰਡੀ 'ਚ ਹੈ ਨਹੀਂ ਗਾ। ਮੈਂ ਕਿਹਾ ਪਤਾ ਨਹੀਂ ਕਿਉਂ ਨਹੀਂ ਗਾ ਬਈ ਕਿ ਨਹੀਂ, ਉੱਧਰ ਮਾਲੀ ਕਹੀ ਜਾਵੇ ਯਾਰ ਮੀਂਹ ਪਾ ਦੇ ਨਾ ਆਪਣੇ ਕਿਤੇ ਨਜ਼ਾਰਾ ਆ ਜੇ। ਮੈਂ ਕਿਹਾ ਬਈ ਰੱਬ ਮੀਂਹ ਵੀ ਉੱਥੇ ਹੀ ਪਾਊਗਾ ਜਿੱਥੇ ਗੜਿਆਂ ਦੀ ਮਾਰ ਪਈ ਹੈਗੀ, ਹੈਂ ਰੱਬ ਵੀ ਕਹਿੰਦਾ ਹੋਊਗਾ ਅੱਛਾ ਜੋ ਤਾਂ ਸਵਾਦ ਨੂੰ ਮੀਂਹ ਚਾਹੀਦਾ, ਉਹ ਤਾਂ ਤੁਸੀਂ ਸਾਡੇ ਕੋਲ ਪਾ ਦੇ, ਅਤੇ ਜਦੋਂ ਮਾਰ ਝੱਲਣੀ ਸੀਗੀ ਗੜਿਆਂ ਦੀ, ਉੱਦਣ ਹੱਥ ਬੰਨੀ ਗੜੇ ਦੀ ਵੀ ਨਾ ਜੀ ਨਾ, ਗਾਂਹ ਚੰਘ ਜਾ ਗਾਂਹ ਲੰਘ ਜਾ। ਸੋ ਇਹ ਗੱਲ ਆ ਕਿ ਵੀ ਰੱਬ ਮੀਂਹ ਵੀ ਉੱਥੇ ਹੀ ਪਾ ਰਿਹਾ ਗਾ ਜਿੱਥੇ ਗੜੇ ਬਾਹਲੇ ਜ਼ਿਆਦਾ ਪਏ ਸੀਗੇ। ਚਲੋ ਵੀ ਆਪਾਂ ਹੁਣ ਬਹਿ ਗਏ ਹਾਂ ਬੈਂਚ 'ਤੇ, ਪੱਠੇ ਵੱਢਣ ਜਾਣੇ ਆ, ਅਤੇ ਅੱਜ ਮਿਰਚਾਂ ਮੁਰਚਾਂ ਵੀ ਤੋੜ ਦਾਂਗਾ, ਅੱਜ ਮੌਸਮ ਠੰਡਾ ਗਾ, ਮੈਂ ਡੈਡੀ ਮੰਮੀ ਲਾ ਕੇ 3 ਘੰਟਾ 1.5 ਘੰਟਾ ਲਾ ਕੇ, ਜਿਹੜੀਆਂ 2-3 ਵੱਟਾਂ ਰਹਿ ਗਈਆਂ ਸੀਗੀਆਂ ਆਪਣੀਆਂ, ਉਦੇ 2 ਲਿਫਾਫੇ ਬਣ ਜਾਣਗੇ, ਉਹ ਵੀ ਵੜਕਾ ਦਿਆਂਗੇ। ਅਤੇ ਲਓ ਵੀ ਅੱਜ ਵੇਖੋ ਮੀਂਹ ਦਾ ਇੰਨਾ ਫਾਇਦਾ ਹੋ ਜਾਂਦਾ, ਮਾੜਾ ਜਿਹਾ ਮੀਂਹ ਆਇਆ ਮੋਟਰਾਂ ਬੰਦ ਪਈਆਂ, ਉਹ ਦੇਖੋ ਲਾਈਟ ਆਈ ਪਈ ਆ ਪਰ ਮੋਟਰ ਬੰਦ ਹੈਗੀ, ਮੀਂਹ ਪਾਣੀ ਵਧੀਆ ਖੜਾ ਗਾ। ਅਤੇ ਲਓ ਹੁਣ ਆਪਾਂ ਰੱਖ ਗਏ ਫੋਨਾਂ ਨੂੰ ਸਾਈਡ 'ਤੇ, ਤਾਰ ਤੂਰ ਖੁੱਲ੍ਹ ਗਏ, ਅਤੇ ਲੈ ਗਏ ਟਰੈਕਟਰ, ਚੱਲ ਗਏ ਫਿਰ ਵੜਦ ਗਏ ਪੱਠੇ ਠਾਲ ਕੇ ਗਰਦਨ ਲਿਆ ਦੇ ਨੇਰੀਆਂ। ਹੈਲੋ, ਕੀ ਹਾਲ ਚਾਲ ਜੇ ਬੀਬੀ ਓ? ਠੀਕ ਠਾਕ ਜੇ? ਹੋਰ ਸਤਿ ਸ਼੍ਰੀ ਅਕਾਲ। ਲਓ ਵੀ ਕੰਮ ਕਾਰਨ ਬੇਟਦਿਆਂ ਨੂੰ 7 ਵੱਜ ਗਿਆ, ਅਤੇ ਚਾਹ ਅੱਜ ਬਾਹਲਾ ਸਿਰੇ ਲੱਗ ਗਿਆ, ਅੱਜ ਚਾਹ ਦਾ ਕੋਈ ਸ਼ਡਿਊਲ ਨਹੀਂ ਰਿਹਾ। ਪਹਿਲਾਂ ਅਸੀਂ ਕੀ ਕਰਨਾ ਸੀਗਾ ਨਾ, ਜਾਣਾ ਸੀਗਾ ਪੀਰ ਪਾਲਰ, ਜਿਹੜੀ ਟੇਲਰ ਆ ਬਈ ਹੈ ਨਾ, ਜਿਹਦੇ ਤੋਂ ਆਪਾਂ ਕੱਪੜੇ ਵਗੈਰਾ ਸਟਿਚ ਕਰਵਾ ਕੇ ਸਾਰਿਆਂ ਨੂੰ ਕੋਰੀਅਰ ਕਰ ਦਿਆਂਗੇ, ਅਤੇ ਉੱਧਰ ਜਾਣਾ ਸੀ ਉਹਨਾਂ ਕੋਲ, ਅਤੇ ਪਰ ਚੱਕਰ ਕੀ ਬਣਿਆ, ਇਹ ਕਹਿੰਦੇ ਹਜੇ ਸਮਾਨ ਲੈਣਾ ਮੰਡੀਓਂ ਥੋੜ੍ਹਾ ਘਣਾ, ਅਤੇ ਸਾਨੂੰ ਟਾਈਮ ਲੱਗੂਗਾ, ਹਜੇ ਨਹੀਂ ਜਾਂਦੇ ਗੇ। ਪਹਿਲਾਂ ਮੈਨੂੰ ਇਹ ਜੀ, ਮੈਂ ਠੰਡੇ ਠੰਡੇ ਜਾਇਆ ਗਏ, ਅਤੇ ਆ ਕੇ ਆਪਾਂ ਤੋੜ ਲਾਂਗੇ ਮਿਰਚੀ ਸਿਰਚੀ, ਅਤੇ ਬਟ ਫਿਰ ਕੈਂਸਲ ਹੋ ਗਿਆ, ਕਹਿੰਦੇ ਨਹੀਂ ਜਾਣਾ ਹਜੇ, ਉਹੀ ਗੱਲ ਕਹਿੰਦੇ 10 ਵਜੇ ਚੱਲਾਂਗੇ, ਦੁਕਾਨਾਂ ਖੁੱਲ੍ਹਣਗੇ ਮੰਡੀ, ਉੱਥੇ ਸਮਾਨ ਸਮੂਨ ਲੈਣਾ ਕੋਈ ਹੋਣਾ, ਲੈਸਾਂ ਲੂਸਾਂ ਜਾਂ ਕੋਈ ਲੈਣੀਆਂ ਵਗੈਰਾ, ਉਹ ਤੋਂ ਬਾਅਦ ਚੱਲਾਂ। ਮੈਂ ਕਿਹਾ ਕੋਈ ਗੱਲ ਨਹੀਂ, ਅਤੇ ਮਾਤਾ ਨੇ ਚਾਹ ਪਹਿਲਾਂ ਧਰ ਲਈ ਸੀਗੀ, ਇਹਨਾਂ ਨੂੰ ਪਿਆਤੀ ਸੀਗੀ ਜਿਹੜੀ, ਆਪਾਂ 8 ਵਜੇ ਸਾਰੇ ਜਣੇ ਬੈਠ ਕੇ ਇਕੱਠੇ ਪੀਂਦੇ ਹੁੰਦੇ ਹਾਂ ਜੀ। ਅਤੇ ਹੁਣ ਮੇਰੇ ਤਾਂ ਡੈਡੀ ਰਹਿੰਦੀ ਸੀਗੀ, ਮੈਂ ਵੀ ਚਾਹ ਲਿਆ ਕੇ ਆਪਦੀ ਕਾਲਜ 'ਚ ਪਾਲੀ, ਡੈਡੀ ਦੀ ਕੱਪ 'ਚ ਪਾਲੀ। ਡੈਡੀ ਕਹਿੰਦਾ ਯਾਰ ਬਿਸਕੁਟ ਤਾਂ ਲੈ ਕੇ ਆ, ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂਗਾ ਕਿੱਥੇ ਪਏ ਆ, ਕਿ ਮੈਂ ਕਿਹਾ ਮੈਂ ਨਾ ਹੀ ਚੱਕ ਕੇ ਖਾਧੇ ਆ ਕਦੇ, ਅਤੇ ਹੁਣ ਡੈਡੀ ਨੇ ਫਿਰ ਬੱਬੂ ਨੂੰ ਪਤਾ ਨਹੀਂ ਕੀਤੇ ਨੂੰ ਕਿਹਾ ਗਾ, ਉਹ ਲਿਆ ਕੇ ਦਿੰਦੇ ਹੈਗੇ, ਅਤੇ ਉਹਨਾਂ ਚਿਰ ਆਪਾਂ ਚਾਹ 'ਚੋਂ ਪੀ ਕੇ ਇਹ ਤੋਂ ਬਾਅਦ ਤੋੜਾਂਗੇ ਪਹਿਲਾਂ ਮਿਰਚਾਂ 'ਤੇ ਲਾਵਾਂਗੇ 1 ਘੰਟਾ, ਜਿਹੜੀਆਂ ਰਹਿੰਦੀਆਂ ਆਪਣੀਆਂ 3-4 ਵੱਟਾਂ ਉਹ ਹੁਣ ਭੜਕਾ ਦਿਆਂਗੇ, ਉਹ ਤੋਂ ਬਾਅਦ ਚੱਲਾਂਗੇ। ਉਹ ਕਾਰਨ ਤਾਂ ਵੀਰਪਾਲ ਨੂੰ ਵੀ ਅਜੇ ਨਾ ਯਾਰ ਪੂਰਾ ਆਰਾਮ ਨਹੀਂਗਾ, ਪਤਾ ਨਹੀਂ ਹੋਇਆ ਕਿ ਅੱਜ ਮੇਰਾ ਇਰਾਦਾ ਨਾ ਇਹਦੇ 1-2 ਕੋਈ ਬੋਤਲ ਛੋਤਲ ਲਵਾ ਕੇ ਵਧੀਆ ਜੀ, ਉਹਦੇ 'ਚ ਵਧੀਆ ਟੀਕੇ ਟੂਕੇ ਪਵਾ ਕੇ ਫੇਰ 8-8 ਮਾਰੂ ਆ ਗਏ ਉਹ ਵੀ ਆ ਗਏ ਸੱਕਰ ਵਾਲੇ ਬਿਸਕੁਟ ਲੈ ਲਗੇ ਆਪਾਂ ਇਹ 2 ਕ ਐਤਕੀ ਨਾ ਬਾੜ ਕਰੇਲਿਆਂ 'ਚ ਵੀ ਉਹ ਵਾਲੀ ਗੱਲ ਜੀ ਨਹੀਂ ਰਹੀ। ਪਿਛਲੇ ਸਾਲ ਇੰਨੇ ਲੈਂਦੇ ਹੁੰਦੇ ਸੀ ਨਾ, ਜਿਵੇਂ ਨਿੰਮਾਂ ਦਾ ਨਹੀਂ ਬੁਰਾ ਹਾਲ ਜਿਹਾ ਹੋਇਆ ਵੀ ਐਤਕੀ, ਤੁਸੀਂ ਵੇਖਿਆ ਹੋਊਗਾ ਪੰਜਾਬ 'ਚ ਵੀ ਨਾ ਐਤਕੀ ਬਈ ਨਿੰਮ ਆ ਜਿਹੜੇ ਠੰਡ ਪਤਾ ਨਹੀਂ ਤਾਂ ਬਹੁਤ ਜ਼ਿਆਦਾ ਕਰਕੇ,
50% ਨਿੰਮ ਹਰੇ ਨਹੀਂ ਹੋਏ, ਸੁੱਕ ਹੀ ਗਏ, ਅਤੇ 50% ਵੀ ਜਿਹੜੇ ਹਰੇ ਹੋਏ ਨਾ ਉਹਨਾਂ 'ਚ ਵੀ ਵਾਲੀਆਂ ਡਾਹਣੀਆਂ ਤਾਂ ਸੁੱਕੀਆਂ ਵੀ ਗਈਆਂ। ਹਾਂ ਕਰਤੀ ਟੇਢੀ ਇੱਥੋਂ ਜੋ ਆਪਣੀ ਚਰੀ ਵੀ, ਆਹੀ ਕੰਮ ਕੁੱਤਾ ਗਾ, ਇਕੱਲਾ ਹਨੇਰੀ ਜੀ ਨਾ ਛੱਡੇ ਨਾ, ਇਕੱਲਾ ਮੀਂਹ ਆ ਜੇ ਤਾਂ ਫਿਰ ਸਹੀ ਆ, ਜੇ ਡਿੱਗ ਵੀ ਵੱਡੀ ਵੀ ਨਹੀਂ ਜਾਣੀ, ਟਾਂਡੇ ਵੀ ਉੱਧਰੋਂ ਇਹਦੇ ਗੰਨਿਆਂ ਵਰਗੇ ਹੁੰਦੇ ਜਾਂਦੇ ਹੈਗੇ। ਚਲੋ ਵੀ ਫਿਰ ਆਪਾਂ ਵੀ ਰੱਖ ਲਿਆ ਸਿਰ 'ਤੇ ਆਪਣਾ ਬੱਠਲ। ਯਾਰ ਇੱਕ ਸੱਚ ਮੈਨੂੰ ਐਂ ਦੱਸਿਓ, ਤੁਹਾਡੇ ਕੀ ਕਹਿੰਦੇ ਆ ਬਈ ਯਾਰ, ਜਿਵੇਂ ਸਾਡੇ ਕਹਿੰਦੇ ਆ ਬੱਠਲ ਕਹਿੰਦੇ ਆ, ਕੋਈ ਬਾਲਟਾ ਕਹਿੰਦੇ ਇਹਨੂੰ, ਮਤਲਬ ਆਹ ਜਿੱਦਾਂ ਮੇਰੇ ਸਿਰ 'ਤੇ ਰੱਖਿਆ ਵਾ। ਚਲੋ ਇਹ ਤਾਂ ਥੋੜ੍ਹਾ ਜਿਹਾ ਵੱਡਾ ਟੱਬ ਆ ਜਾਂਦਾ, ਥੋੜ੍ਹੇ ਜਿਹੇ ਛੋਟੇ ਨਹੀਂ ਹੁੰਦੇ ਜਿਹੜੇ ਸਿਲਵਰ ਦੇ ਹੈ ਨਾ, ਜਿਹਦੇ 10 ਕਿੱਲੋ ਸਮਾਨ ਪੈ ਜਾਂਦਾ, ਸਾਡੇ ਕਹਿੰਦੇ ਉਹਨੂੰ ਬੱਠਲ। ਅਤੇ ਮੇਰੇ ਨਾਲ ਅੰਮ੍ਰਿਤਸਰ ਦੇ ਮੁੰਡੇ ਹੁੰਦੇ ਸੀ, ਉਹ ਕਹਿੰਦੇ ਸਾਡੇ ਨੂੰ ਬਾਲਟਾ ਕਹਿੰਦੇ ਆ, ਸਾਡੇ ਬਾਲਟੀ ਕਹਿੰਦੇ, ਬਾਲਟੀ ਦੂਜੀ ਹੁੰਦੀ ਹੈ ਜਿਹੜੀ ਛੋਟੀ ਹੁੰਦੀ ਆ ਧਾਰਾਂ ਧੂਰਾਂ ਚੋਣ ਵਾਸਤੇ। ਅਤੇ ਤੁਹਾਡੇ ਪਿੰਡ ਦੱਸਿਓ ਬਈ ਕੀ ਕਹਿੰਦੇ ਹੈਗੇ, ਕਿਉਂਕਿ ਹਰੇਕ 30-40 ਕਿਲੋਮੀਟਰ ਬਾਅਦ ਹੈ ਨਾ ਬੋਲੀ ਦਾ ਵੀ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਅਤੇ ਚੀਜ਼ਾਂ ਨੂੰ ਜਿਹੜਾ ਬੋਲਣ ਦਾ ਗਾ ਅੱਖਰਾਂ ਦਾ ਵੀ ਫਰਕ ਪੈ ਜਾਂਦਾ, ਕਿਸੇ ਨੂੰ ਕਿਸੇ ਨੂੰ ਕੁਛ। ਚਲੋ ਵੀ ਉਹ ਸਿਰੇ ਵਾਲੀਆਂ 3 ਵੱਟਾਂ ਰਹਿੰਦੀਆਂ ਸੀਗੀਆਂ ਤੋੜਨ ਵਾਲੀਆਂ, ਉਹ ਮਿਰਚਾਂ ਦੀ ਵਰਾਇਟੀ ਜਿਹੜੀ ਡਿਫਰੈਂਟ ਹੈ ਇਹਨਾਂ ਨਾਲੋਂ, ਜਿਹੜੀਆਂ ਆਪਣੀਆਂ ਉਰਲੀਆਂ ਮਿਰਚਾਂ ਲੱਗੀਆਂ ਨਾ ਇਹ ਥੋੜ੍ਹੀਆਂ ਜਿਹੀਆਂ ਨਾ ਪੀਲ ਕਚਾ ਲਾ ਲਓ ਵੀ ਯੈਲੋ ਜਿਹੀਆਂ ਥੋੜ੍ਹੀਆਂ ਜਿਹੀਆਂ, ਅਤੇ ਉਹ ਹੈਗੀਆਂ ਪੂਰੀਆਂ ਡਾਰਕ ਗ੍ਰੀਨ, ਬਲੈਕ ਗ੍ਰੀਨ। ਅਤੇ ਲੱਗੇ ਫਿਰ ਮੰਮੀ ਵੀ ਆਉਂਦੀ ਹੈ ਚਾਹ ਪੀ ਕੇ, ਮੰਮੀ ਰਹਿੰਦੀ ਸੀਗੀ, ਅਸੀਂ ਪੀ ਲਈ ਸੀਗੀ, ਅਸੀਂ ਆ ਕੇ ਫਿਰ ਲੱਗ ਗਏ ਤੋੜਨਾ। ਲਓ ਵੀ ਰਾਜੂ ਆ ਗਿਆ, ਮੰਮੀ ਵਰਗਿਆਂ ਨੇ ਲੈ ਲਏ ਹੋਣੇ ਚੁੱਲ੍ਹੇ, ਅਤੇ ਚੁੱਲ੍ਹਾ ਪਤਾ ਨਹੀਂ ਇੱਕ ਲਿਆ ਕੇ ਤੋੜੀਆਂ ਫਿਰ ਗੱਡਦੇ ਹਾਂ ਇੱਕ ਅੱਧੇ ਦਿਨ ਤਾਈਂ। ਮੈਂ ਮੰਮੀ ਨੂੰ ਬਾਜਾ ਮਾਰੀ ਨਾ ਵੀ ਆ ਜਾ ਤਾਂ ਉਹ ਤਾਂ ਤੋੜ ਦਈਏ ਆਪਾਂ, ਅਤੇ ਆਹ ਮਿਰਚਾਂ ਦੇਖੋ ਬਈ ਕਿੰਨੀਆਂ ਸੋਹਣੀਆਂ ਹੈਗੀਆਂ ਹੈਗੀਆਂ ਨਾ, ਉਹਦੇ ਨਾਲ ਜ਼ਿਆਦਾ ਕਾਲਸ 'ਚ ਉਹ ਜ਼ਿਆਦਾ ਖੱਟੀਆਂ ਜਿਹੀਆਂ ਸੀਗੀਆਂ, ਇਹ ਹੈਗਾ ਆਹ ਦੇਖੋ ਹਰੀਆਂ ਨਾਲੇ ਹੈ ਮੋਟੀਆਂ ਉਹਦੇ ਨਾਲ ਜ਼ਿਆਦਾ, ਦੇਖੋ ਕਰੋ ਚੈੱਕ ਆਪਣਾ ਰੋਕੀ ਪੌਂਕੀ ਜਾਂਦਾ। ਅਤੇ ਡੈਡੀ ਕਹਿੰਦਾ ਘਰ ਫੋਨ ਕਰੀ ਮਗਰ ਲੱਗਦਾ ਕੋਈ ਪਸ਼ੂ ਖੁੱਲਿਆ ਪਿਆ, ਮੰਮੀ ਕਹਿੰਦੀ ਨਹੀਂ ਉੱਧਰ ਆਪਣੇ ਝੋਨਾ ਨਹੀਂ ਲਾਈ ਜਾਂਦੇ ਉਹ ਤਾਏ ਕੇ ਦੂਜੇ, ਕਹਿੰਦੀ ਉਹ ਤਾਂ ਭੌਂਕਦਾ, ਆਪਾਂ ਕਹਿੰਦਾ ਨਾ ਨਾ ਇਹ ਤਾਂ ਆਵਾਜ਼ ਹੀ ਬਦਲੀ ਪਈ ਆ ਸੱਚੀ, ਆਵਾਜ਼ ਦਾ ਪਤਾ ਇਹ ਜਾਣਕਾਰੀਆਂ ਰੱਖੀ ਦੀਆਂ ਸਾਰੀਆਂ ਆਪਾਂ ਵੀ ਜੇ ਬੰਦੇ ਨੂੰ ਕੋਈ ਭੌਂਕਦਾ ਫਿਰ ਆਵਾਜ਼ ਹੋਰ ਆ, ਪਸ਼ੂਆਂ ਨੂੰ ਭੌਂਕਦਾ ਹੋਰ ਆਵਾਜ਼ ਹੁੰਦੀ ਆ। ਅਤੇ ਆਹ ਦੇਖੋ ਮਿਰਚਾਂ, ਮੰਮੀ ਵੀ ਆ ਗਈ ਹੈਗੀ, ਅਤੇ ਹਜੇ 1, 2, 3, 4 ਬੂਟਿਆਂ ਲੱਗੇ ਹੋਏ ਆ, ਅਤੇ ਬਾਲਟੀ ਆਪਣੀ ਭਰਨ ਵਾਲੀ ਹੋ ਗਈ, ਬਸ ਔਖ ਰੱਖੇ ਪਰਮਾਤਮਾ ਅੱਧੇ ਘੰਟੇ 'ਚ ਬੜਕਾ ਕੇ ਅਤੇ ਚੱਲਦੇ ਹਾਂ। ਹਵਾ ਤਾਂ ਵੈਸੇ ਚੱਲੀ ਜਾਂਦੀ ਹੈ ਪਰ ਗਰਮੀ ਪੂਰੀ ਆ ਬਈ, ਪਹਿਲਾਂ ਆਇਆ ਹੁਣ ਤਾਂ ਨਹੀਂ ਲੱਗੀ ਗਰਮੀ ਪਰ ਹੁਣ ਉਨੀ ਲੱਗੀ ਜਾਂਦੀ ਜਿੰਨੀ ਪਹਿਲਾਂ ਲੱਗਦੀ ਹੁੰਦੀ ਆ। ਪਾਣੀ ਲਿਆਈ ਨਹੀਂ ਮੰਮੀ, ਚੱਲ ਕੋਈ ਨਹੀਂ ਮੰਗਾ ਲਾਂਗੇ। ਇੱਕ ਬਾਲਟੀ ਆਪਾਂ ਤੋੜਤੀ ਆ, ਅਤੇ ਇੱਕ ਬਾਲਟੀ ਤੋੜਤੀ ਡੈਡੀ ਨੇ, ਮੰਮੀ ਸਾਡੇ ਨਾਲ ਜ਼ਿਆਦਾ ਤਰੱਕੀ ਆ, ਮੰਮੀ ਹੁਣੇ ਆ ਕੇ ਸਾਡੇ ਨਾਲ ਮਗਰੋਂ ਆ ਕੇ ਨਹੀਂ ਬਾਲਟੀ ਭਰ ਲਈ, ਆਪਾਂ ਕਹਿੰਦਾ ਮੰਮੀ ਤੇਰੀ ਮਿਰਚਾਂ ਬਾਲੀਆਂ ਜ਼ਿਆਦਾ ਤੋੜਦੀ ਆ, ਮਿਰਚਾਂ ਹੈ ਵੀ ਮੋਟੀਆਂ ਬਾਲੀਆਂ ਬਈ, ਆਹ ਵੇਖੋ ਕੰਮ ਹੀ ਬੜਾ ਨਿਬੜਦਾ ਗਾ। ਡੇਢ ਬਾਲਟੀ ਭਰਨੀ ਚਾਹੀਦੀ ਮੇਰੇ ਆਉਂਦੀ ਰੋਣ ਕੀ, ਡੇਢ ਤਾਂ ਭਰਤੀ ਜਦੋਂ ਦਾ ਤੂੰ ਪਹਿਲਾਂ ਨਾ ਮੇਰੇ ਨਾਲ ਆਇਆ ਸੀ ਡੂੜ ਭਰ, ਆ ਤੂੰ ਤੋੜ ਕੇ ਦੇਖ ਲੈ ਮੰਮੀ ਤੈਨੂੰ ਦੁੱਗਣੀਆਂ ਮਿਰਚਾਂ ਆਉਣਗੀਆਂ ਤੇਰੀ ਬਾਲਟੀ ਨਾਲ। ਫਿਰ ਇੱਕ ਵਾਰੀ ਰੱਬ ਨੇ ਕਰਕੇ ਬਦਲ ਜੇ ਕਰਤਾ ਠੰਡਾ ਮੌਸਮ। ਲਓ ਵੀ ਪਾਣੀ ਸਾਡੇ ਕੋਲ ਪਹੁੰਚ ਗਿਆ, ਲੈ ਕੇ ਆ ਗਏ ਵੀਰਪਾਲ ਕੌਰ, ਅੱਜ ਖੇਡ ਗਰਾਊਂਡ ਦੇ ਵਿੱਚ ਆਇਆ, ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਗਰਾਊਂਡ ਦੇ ਵਿੱਚ ਆ ਕੇ? ਮੈਚ ਫਿਰ ਲਵਾ ਗਏ ਫਿਰ ਮੈਚ ਤੁਹਾਡਾ ਲਵਾ ਦੇ ਅੱਜ 20-20 ਹੈਂ? ਚਲੋ ਠੀਕ ਆ ਫਿਰ, ਅੱਜ ਹੱਥ ਨੇ ਕਰਾਉਣੇ ਮੈਚ, ਲਿਆਵਾਂਗੇ ਤੋਰੀਆਂ ਵਾਲੇ ਖੇਡ ਗਰਾਊਂਡ ਦੇ ਵਿੱਚ, ਇੱਧਰ ਨਵੀਂ ਗੇਮ ਸਟਾਰਟ ਕਰਾਂ ਤੜਕੇ। ਵੀ ਕੰਮ ਤਾਂ ਨਿਬੇੜੋ, ਪੋਚੇ ਪਾਚੇ ਤਾਂ ਲਾਓ, ਫਿਰ ਚੱਲਾਂਗੇ। ਬੱਲੇ 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 ਲਓ ਵੀ ਅੱਜ ਆਪਾਂ ਸਾਰੇ ਜਣੇ ਇੱਕ ਗੇਮ ਖੇਡਦੇ, ਤੁਸੀਂ ਮੈਨੂੰ ਜ਼ਰੂਰ ਦੱਸੋ ਵੀ ਮੀਂਹ ਅੱਜ ਆਊਗਾ ਕਿ ਨਹੀਂ ਆਊਗਾ। ਵੈਸੇ ਤਾਂ ਤੁਹਾਨੂੰ ਲਾਸਟ 'ਚ ਪਤਾ ਲੱਗ ਗਈ ਨਾ ਬਲੌਗ ਦੇ, ਹੋ ਸਕਦਾ ਅਗਲੀ ਕਲਿੱਪ 'ਚ ਹੀ ਪਤਾ ਲੱਗ ਜੇ।
ਪਰ ਰੱਬ ਨੇ ਜਿਹੜਾ ਲਾਂਗੜ ਤੂੰਗੜਾ ਉਹਦਾ ਖਿੱਚ ਲਿਆ, ਜਿਹਦਾ ਪਤਾ ਵੀ ਕੋਈ ਨੀ, ਜਿਹੜਾ ਉਹ ਪਰਾਂ ਚਿੱਟਾ ਜਿਹਾ ਹੁੰਦਾ ਹੁੰਦਾ ਨਾ, ਸਿੱਧਾ ਫੜਨ ਦੇਣੀ ਗਾਂਹ ਨੂੰ ਲੰਘ ਜੀ, ਪਰ ਆ ਗਈ ਉਹ ਕਣੀ, ਕੋਈ ਕੋਈ ਕਣੀ ਆਈ ਆ ਬਈ, ਕਣੀ ਆਈ ਆ, ਆਊਗਾ ਆਊਗਾ ਆਊਗਾ, ਹੌਂਸਲਾ ਰੱਖੋ, ਜ਼ਰੂਰ ਆਊਗਾ ਇੱਕ ਦਿਨ ਮੀਂਹ ਲਗਾਉਣ, ਫਿਰ ਮਾੜਾ ਕੰਮ ਹੋਇਆ ਪਿਆ ਸੀਗਾ ਹੁਣ ਤਾਂ। ਵੀਰਪਾਲ ਵੀ ਅੱਜ ਵਾਰਮ ਅਪ ਜਿਹੜੀ ਕਰ ਰਹੀ ਹੈਗੀ ਗਰਾਊਂਡ ਦੇ ਵਿੱਚ ਉਤਰੇ ਆਈ ਹੈਗੀ, ਅੱਜ ਸ਼ਾਮ ਨੂੰ ਮੈਚ ਕਹਿੰਦੇ ਲੱਗਣਗੇ, ਅਤੇ ਅੱਜ ਰੋਟੀ ਪਕਾਉਣ ਦਾ ਹੀ ਮੰਮੀ ਹੋਰੀਆਂ ਨਜ਼ਾਰਾ ਆਜੂਗਾ, ਕਿਉਂਕਿ ਅੱਜ ਇੱਥੇ ਆਪਣੀ ਰੋਟੀ ਪਕਾਉਣੀ ਚੁੱਲ੍ਹਾ ਆਪਣਾ ਉਹ ਆ ਗਿਆ ਨਵਾਂ, ਅਤੇ ਉਹ ਗੱਡਿਆ ਜਾਊਗਾ ਇੱਕ ਦੋ ਦਿਨਾਂ ਤੱਕ, ਫਿਰ ਤੁਹਾਨੂੰ ਦਿਖਾਵਾਂਗੇ, ਤੁਸੀਂ ਸਾਰੇ ਜਣੇ ਪੁੱਛਦੇ ਸੀ ਨਾ ਕਈ ਜਣੇ ਮੈਂ ਹੀ ਕਰਕੇ ਬੱਠਲ 'ਚ ਚੁੱਲ੍ਹਾ ਕਿਵੇਂ ਬਣਾਇਆ, ਬੱਠਲ 'ਚ ਚੁੱਲ੍ਹਾ ਕਿਵੇਂ ਬਣਾਇਆ, ਉਹ ਬਲੌਗ ਹੀ ਬਣਾ ਕੇ ਸ਼ੇਅਰ ਕਰਦਾ ਤੁਹਾਡੇ ਨਾਲ ਸਾਰਾ ਵੀ ਕਿਵੇਂ ਬਣਦਾ ਕਿਵੇਂ ਨਹੀਂ। ਤਾਂ ਮਿਰਚਾਂ ਆਪਣੀਆਂ ਆਪਾਂ ਤੋੜ ਕੇ ਵਧੀਆ ਕੰਮ ਕਰ ਲਿਆ ਜਿਹੜੀਆਂ ਲਿਆਉਂਦੀਆਂ, ਅਤੇ ਇਹ ਤੋਂ ਬਾਅਦ ਹੱਥਨੀ ਦੀ ਸ਼ਾਰਟ ਸਟਾਈਆ ਕਰਕੇ ਪਾ ਦਾਂਗੇ। ਕਿਵੇਂ ਆ ਫਿਰ, ਵਧੀਆ ਅੱਜ ਮੌਸਮ, ਠੰਡ ਕਿੰਨੀ ਗਾ, ਅੱਜ ਤਾਂ ਦੋਨੇ ਭੈਣਾਂ ਇੱਕੋ ਜਿਹੇ ਸੂਟ ਪਾਈ ਫਿਰਦੀਆਂ ਗੀਆਂ, ਮੈਚਿੰਗ ਮੈਚਿੰਗ। ਲਓ ਵੀ ਫਿਰ ਰੋਟੀ ਆਪਣੀ ਪੱਕ ਕੇ ਰੈਡੀ ਹੈਗੀ, ਕੱਦੂ ਦੀ ਸਬਜ਼ੀ ਲਾਇਆ ਹੋਇਆ ਦੇਸੀ ਘਿਓ ਦਾ ਤੜਕਾ, ਨਾਲ ਰੋਟੀ ਹੈਗੀ, ਨਾਲ ਆ ਗਿਆ ਸੱਜਰਾ ਸੱਜਰਾ ਅੰਬ ਦਾ ਅਚਾਰ, ਜਿਹੜਾ ਆਪਾਂ ਪਰਸੋਂ ਚੌਥੀ ਪਾਇਆ ਗਾ ਸੱਜਰਾ ਸੱਜਰਾ ਅੰਬ ਦਾ ਅਚਾਰ, ਕਿਹਨੂੰ ਕਿਹਨੂੰ ਖਾਣਾ ਪਸੰਦ ਆ ਕਮੈਂਟ ਕਰਕੇ ਜ਼ਰੂਰ ਦੱਸੋ, ਮੈਨੂੰ ਤਾਂ ਵੀ ਬਹੁਤ ਵਧੀਆ ਲੱਗਦਾ। ਮੈਂ ਤਾਂ ਹੁਣ 15-20 ਦਿਨ, ਮਤਲਬ ਜਿੰਨਾ ਚਿਰ ਜਮਾਂ ਪੋਲਾ ਜਿਹਾ ਨਹੀਂ ਹੁੰਦਾ ਉਨਾ ਚਿਰ ਆਪਾਂ ਤਾਂ ਡੇਲੀ ਖਾਇਆ ਕਰਾਂਗੇ, ਅਤੇ ਜਦੋਂ ਪੋਲਾ ਜਿਹਾ ਹੋ ਗਿਆ ਉਹ ਤੋਂ ਬਾਅਦ ਆਪਾਂ ਨੂੰ ਘੱਟ ਸਵਾਦ ਲੱਗਦਾ, ਉਹ ਤੋਂ ਬਾਅਦ ਘੱਟ ਖਾਣਾ ਸਟਾਰਟ ਕਰ ਦਿੰਦੇ ਹਾਂ। ਆ ਕੀ ਲਈ ਆ, ਲਿਆ ਔਫਰ ਕਰਾਂ, ਜੱਗ ਵੀ ਆਪਣੇ ਸਰਾਣੀ ਰੱਖ ਲਿਆ ਲੱਸੀ ਵਾਲਾ, ਉਜਾਲੀ ਜਾਲੇ ਵੀ ਸਵਾਦ ਲੱਗਦਾ, ਉਹ 'ਚ ਰਸ ਵੱਧ ਹੁੰਦਾ। ਅੱਜ ਬਈ ਯਾਰ ਨਜ਼ਾਰਾ ਹੀ ਆਈ ਜਾਂਦਾ, ਰੱਬ ਨੇ ਕਿਹਾ ਵਾ ਸਿਰਾ ਹੀ ਲਾ ਛੱਡਿਆ ਗਾ, ਕੱਲ੍ਹ ਇੰਨੀ ਨਜਾਇਜ਼ ਗਰਮੀ ਸੀ ਨਾ, ਉਹਨੇ ਅੱਜ ਵਧੀਆ ਮੌਸਮ ਕਰ ਛੱਡਿਆ, ਉਹ ਪਸ਼ੂ ਬਿਨਾਂ ਭੁਆਰਿਆਂ ਤੋਂ ਆਪਣੇ ਅੱਜ ਵਧੀਆ ਬੈਠੇ ਆਰਾਮਦਾਰੀ ਨਾਲ, ਉਹ ਵੇਖੋ ਸੱਤੀ ਤਾਂ ਨੂੰ ਅੱਖਾਂ ਚੱਕ ਚੱਕ ਝਾਕਦੀ ਹੈ ਨਾ, ਰੋਟੀਆਂ ਝੰਬਕ ਨਾ ਬਈ, ਐਡੀ ਵਧੀਆ ਨੀਂਦ ਆਈ, ਨਜ਼ਾਰੀ ਲੱਗ ਗਏ 12:30 ਜਾ ਕੇ, ਕਿਤੇ ਲਾਈਟ ਜਾ ਕੇ ਉਦੋਂ ਨਿਗਾ ਖੋਲੀ, ਸਾਰੇ ਜਣੇ ਨਾ ਨਜ਼ਾਰਾ ਹੀ ਹੁੰਦਾ ਇਹਨਾਂ ਸੌਣ ਦਾ ਨਾ, ਮੇਰਾ ਤਾਂ ਇਹ ਜੀ ਕਰਦਾ 3 ਉੱਠੂੰਗਾ, ਇਹਨਾਂ ਨੇ ਤਾਂ ਪਹਿਲਾਂ ਹੀ ਠਾਤਾ 2-3 ਘੰਟੇ। ਉੱਧਰੋਂ ਬਾਅਦ ਡੈਡੀ ਨੇ ਫੋਨ ਲਾਇਆ, ਇਹਨੂੰ ਕਹਿੰਦੇ ਯਾਰ ਤੁਹਾਨੂੰ ਜ਼ਿਆਦਾ ਗਰਮੀ ਲੱਗਦੀ, ਅਸੀਂ ਖੰਭਿਆਂ ਚੜੇ ਬੈਠੇ ਹਾਂ ਕਿ ਫੋਨ ਲਾ ਲੈਣ, ਸੱਚੀ ਮੱਚੀ ਕਿਹਾ ਹੈ ਜੇ ਵੀ ਲਾਈਟ ਨਾ ਨਾ ਜਾਂਦੀ ਤਾਂ ਉਹ 3 ਘੰਟੇ ਨਹੀਂ ਉੱਠਣ ਜੀ ਕਰਤਾ। ਡੈਡੀ ਕਹਿੰਦਾ ਤਾਂ ਹੀ ਤੇਰੀ ਮੰਮੀ ਵਾਲੀਆਂ ਤੜਕੀਆਂ ਚੱਲਦੀਆਂ, ਹੁੱਜਾਂ ਮਾਰ ਮਾਰ ਠਾਈ ਦੀਆਂ, ਕਹਿੰਦਾ ਜੇ ਗਰਮੀ ਆਵੇ ਤਾਂ ਉੱਠੇ, ਕਹਿੰਦਾ ਠੰਡੇ ਠੰਡ ਹੀ ਚੜੀ ਜਾਂਦੇ, ਕੰਬਲ ਲੈ ਕੇ ਹੋਰ ਇਕੱਠੀਆਂ ਹੋਈ ਜਾਂਦੀਆਂ, ਕਹਿੰਦਾ ਕੀ ਵਿਗਾੜਿਆ ਸੀਗਾ ਤੇਰਾ ਨੀਂਦ ਖਰਾਬ, ਵੱਜਣੀ ਆਏ ਮੰਮੀ ਕਹਿੰਦੀ ਜੇ ਪਸ਼ੂ ਅੰਦਰ ਘਰ ਬਾਹਰ ਹੀ ਖੜੇ ਰਹਿੰਦੇ ਭਾਈ, ਉਹਨੇ ਜਮੇ ਕਮਲੇ ਹੋ ਜਾਣੀ ਕੰਧਾਂ ਸਿਰ ਮਾਰ ਮਾਰ ਕੇ ਉਹਨੂੰ। ਹੁਣ ਆਪਾਂ ਚੱਲਦੇ ਹਾਂ ਮੰਡੀ ਨੂੰ, ਅੱਜ ਮੈਂ ਡੈਡੀ ਨੂੰ ਕਹਿਣਾ ਮੈਂ ਭਾਈ ਨਾ ਉਹ ਕੰਮ ਕਰਦੇ ਹਾਂ, ਅੱਜ ਨਾ ਬੱਕਰਾ ਲੈ ਕੇ ਆਵਾਂਗੇ, ਯੂ ਮੀਨ ਇਟਸ ਮੀਨ ਗੋਟ ਗੋਟ ਬਰੋ। ਡੈਡੀ ਪਤਾ ਕੀ ਕਹਿੰਦਾ, ਮੇਰੇ ਘਰ ਨੂੰ ਬੱਕਰਾ ਲਈ ਜਾਂ ਬੱਕਰੀ ਲਈ, ਕਹਿੰਦਾ ਆਪਦਾ ਲੈ ਆਈ ਜੇ ਹੈਗੀ ਆ ਤਾਂ, ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਮੰਜਾ ਨਾ ਰੋਕੀ ਮੈਂ ਪੈਣਾ ਆ ਕੇ। ਉੱਧਰੋਂ ਮੈਨੂੰ ਕੋਈ ਮੈਸੇਜ ਆ ਗਿਆ ਕਹਿੰਦੇ ਤੁਹਾਡੇ ਤਾਜੂ ਪੁੱਤ ਦਾ ਜਿਹੜਾ ਬਰਥ ਸਰਟੀਫਿਕੇਟ ਆ ਉਹ ਆ ਗਿਆ, ਮੈਂ ਕਿਹਾ ਚਲੋ ਦਵਾ ਤਾਂ ਜਾ ਕੇ ਫਾੜ ਹੀ ਲੈ ਗਏ, ਦੇਖ ਹੀ ਲੱਗੇ ਕਿਹੋ ਜਿਹਾ ਬਣ ਕੇ ਆਇਆ, ਉਹ ਤੋਂ ਬਾਅਦ ਚੱਲਾਂ ਮੰਡੀ। ਲਓ ਜੀ ਆਪਣੇ ਤਾਜੂ ਦਾ ਜਿਹੜਾ ਜਨਮ ਸਰਟੀਫਿਕੇਟ ਆ ਗਿਆ ਹੈਗਾ, ਹੁਣ ਇਹਨੂੰ ਚੱਲਦੇ ਹਾਂ, ਹਜੇ ਇੱਕ ਲੈਟ ਨਹੀਂ ਸੀ ਇਹਨਾਂ ਦਾ, ਕਲਰ ਵਾਲਾ ਜਿਹੜਾ ਪ੍ਰਿੰਟਡ ਆ ਉਹ ਖਰਾਬ ਸੀਗਾ ਤਾਂ ਕਰਕੇ, ਦੂਜਾ ਬਲੈਕ ਐਂਡ ਵਾਈਟ ਹੀ ਕੱਢਿਆ, ਕਹਿੰਦੇ ਕਲਰ ਵਾਲਾ ਜਿਹੜਾ ਉਹਨੂੰ ਲੈਮੀਨੇਸ਼ਨ ਕਰਵਾਇਓ, ਉਹਨੂੰ ਨਾ ਕਰਵਾਇਓ, ਮੈਂ ਚਲੋ ਕਲਰ ਵੀ ਕਢਵਾ ਲਿਆਉਣੇ ਹੁਣ। ਲਓ ਵੀ ਕਹਿੰਦੇ 2:00 ਕਹਿੰਦੇ 48 ਹੋ ਗਿਆ, ਯਾਨੀ ਕਿ 48:45 ਵੱਜ ਗਿਆ, ਅਤੇ ਹੁਣ ਚੱਲ ਕੇ ਆਪਾਂ ਕਿਤੇ ਤੜਕੇ ਦੀਆਂ ਸਲਾਹਾਂ ਕਰੀ ਜਾਂਦੇ ਵੀ ਚੱਲ ਗਏ ਹੁਣ ਚੱਲੇ ਹਾਂ ਟੇਲਰ ਕੋਲੇ, ਅੱਜ ਜਾਣਾ ਇਹਨਾਂ ਦਾ ਘਰ ਤਾਂ ਕੈਂਸਲ ਹੈ, ਕਹਿੰਦੇ ਕੱਲ੍ਹ ਨੂੰ ਜਾਂ ਪਰਸੋਂ ਚੱਲ ਕੇ ਆਵਾਂਗੇ।
ਫਿਰ ਵਾਹਵਾ ਸਾਰੇ ਸੂਟ ਇਕੱਠੇ ਹੋਏ ਪਏ ਹੋਣਗੇ, ਉਹ ਫੜ ਲਿਆਵਾਂਗੇ ਪਿੰਡ ਵਾਲੇ ਰਾਹ ਪਾ ਕੇ, ਐਂ ਸਰਕਲ ਪੂਰਾ ਕਰਨਾ ਮੰਡੀ ਵੇਚਦੀ ਆਉਣਾ ਗਾ। ਇਹਨਾਂ ਨੇ ਕੋਈ ਸੂਟ ਕਢਾਈ ਵਾਸਤੇ, ਕੋਈ ਸਟਿਚ ਕਰਨ ਵਾਸਤੇ, ਕੁਛ ਲਾਈਨਿੰਗ, ਕੁਛ ਸ਼ਾਈਨਿੰਗ, ਕੁਛ ਲੈਸਾਂ, ਕੁਛ ਵੈਸਾਂ, ਇੰਨਾ ਕੁਛ ਕਰਨਾ ਗਾ। ਸੋ ਇਹ ਸਾਰਾ ਕੰਮ ਕਰ ਇਹਨਾਂ ਨੇ ਨਮੇੜ ਕੇ ਅੱਜ ਫਿਰ ਜੇ ਆਪਾਂ 3:30 ਵਜੇ ਨੂੰ ਵੀ ਘਰੇ ਪਹੁੰਚ ਗਏ। ਬੜੀ ਫਤਿਹ ਆ ਤੇ ਕੁਛ ਜੀ ਵੀ ਕਰ ਰਿਹਾ ਯਾਰ ਖਾਣ ਨੂੰ, ਪਤਾ ਨੀ ਕਿਉਂ ਕਰ ਰਿਹਾ ਗਾ। 9 ਵਜੇ ਦੀ ਰੋਟੀ ਖਾਧੀ ਵੀ ਆ ਤੇ ਹਾਂ 3:30 ਵਜੇ ਨੂੰ ਘਰੇ ਪਹੁੰਚੇ। ਹਾਂ ਫਿਰ ਕਿੰਨੇ 3:45 ਹੋ ਗਏ ਆ, 3:30 ਵਜੇ ਤੋਂ 45 ਮਿੰਟਾਂ ਬਾਈ ਬਹੁਤ ਹੁੰਦੇ ਆ ਕਿ ਨਹੀਂ, 45 ਮਿੰਟਾਂ ਬੰਦਾ ਬਠਿੰਡੇ ਦੇ 3 ਗੇੜੇ ਲਾ ਦਿੰਦਾ ਗਾ। ਇੱਕ ਦਿਨ ਮੈਂ ਦਿਖਾਇਆ ਛੱਪੜ ਸਾਰਾ ਫਿਰ ਸਾਰਿਆਂ ਨੂੰ, ਮੈਂ ਕਿਹਾ ਆਹ ਛੱਪੜ 'ਚ ਅਸੀਂ ਨਹਾਉਂਦੇ ਰਹੇ ਹਾਂ, ਵਿੱਚ ਸਿੱਟੀ ਹੁੰਦੀ ਲੱਕੜ, ਬਥੇਰੀਆਂ ਮੱਝਾਂ ਕੱਢੀਆਂ। ਬਾਬੇ ਆ ਗਏ, ਬਾਬੇ ਬਚੋ ਬਚੋ ਬਚੋ। ਆਹ ਗਲੀ 'ਚ ਆਪਣਾ ਘਰ ਹੁੰਦਾ ਸੀ ਪਹਿਲਾਂ ਬਈ, ਆਹ ਸਾਡੇ ਪਿੰਡ ਦਾ ਬੱਸ ਅੱਡਾ, ਪਰ ਇਹਦੇ ਬੱਸ ਕੋਈ ਖੜਦੀ ਨੀ। ਬੱਸ ਆਇਆ ਜੇ ਖੜ ਜੇ ਤਾਂ ਕੋਈ ਪਤਾ ਨੀ ਕਿਹੜੀ ਖੜ ਜੇ, ਜੇ ਨਾ ਖੜੇ ਤਾਂ ਨਾ ਹੀ ਖੜੇ, ਕਿਉਂਕਿ ਆਪਾਂ ਨੂੰ ਨਾਲ ਹੀ ਤਾਂ ਪੈਂਦਾ 1 ਕਿਲੋਮੀਟਰ ਇੱਥੋਂ ਬੱਸ ਸਟੈਂਡ ਜਿਹੜਾ ਮੰਡੀ ਦਾ ਰਹਿੰਦਾ, ਤਾਂ ਕਰਕੇ ਫਿਰ ਇੱਥੇ ਬੱਸਾਂ ਘੱਟ ਖੜਦੀਆਂ। ਟਿਊਨ ਵਾਲੀ ਘੰਟਾ ਬਾਈ ਜਿੰਨਾ ਮਰਜ਼ੀ ਕਹੀ ਜਾਣ ਵੀ ਗੱਡੀ 'ਚ ਸਬਜ਼ੀ ਲੈ ਕੇ ਆਉਣੀ, ਪਰ ਕ੍ਰੇਟ ਤਾਂ ਜਾਊ ਗਈ, ਇਹਨਾਂ ਕਰਕੇ ਤਾਂ ਗੱਡੀ ਆਈ ਹੈ। ਤੁਹਾਨੂੰ ਲੱਗ ਰਿਹਾ ਹੋਣਾ ਵੀ ਹੁਣ ਇਹਨਾਂ ਦਾ ਕੰਮ ਨਿਬੜ ਗਿਆ, ਕਿਤੇ ਹੁਣੇ ਘਰੇ ਚੱਲੇ ਆ, ਨਾ 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 ਨਾ, ਜੋ ਮਰਜ਼ੀ ਹੁੰਦਾ ਹੋ ਜੇ 4:30 ਤੋਂ ਪਹਿਲਾਂ ਘਰੇ ਨੀ ਵੜਨਾ ਅਸੀਂ। ਉੱਧਰ ਆਪਣੇ ਉਹ ਜਿਹੜੇ ਬਲਾਡ ਮੇਮੇ ਵਾਲੇ ਵੀ ਚਹਿਲ ਬਲੌਗਸ ਹਨਾ, ਜਿੰਨਾ ਚੈਨਲ ਉਹਨਾਂ ਚੈਨਲ ਮੋਨੀਟਾਈਜ਼ ਹੋ ਗਿਆ ਅੱਜ, ਉਹ ਬਾਈ ਵੀ ਘਰੇ ਆਇਆ ਬੈਠਾ, ਉਹਨੂੰ ਮੈਂ ਕਿਹਾ ਸੀ ਆ ਗਏ ਮੰਡੀ 10 ਮਿੰਟਾਂ 'ਚ, ਪਰ ਮੈਨੂੰ ਕੀ ਪਤਾ ਸੀ 10 ਤੋਂ 30 ਹੁੰਦੇ ਦੇਰ ਨੀ ਲੱਗਣੀ। ਤੇ ਚਲੋ ਪਰ ਲੈਸਾਂ ਲੂਸਾਂ ਜਿਹੀਆਂ ਲੈ ਲਈਆਂ ਹੁਣ ਇਹਨਾਂ ਦੀਆਂ, ਆਹ ਰਹਿ ਗਈਆਂ ਕੀ ਹੁੰਦੀਆਂ ਲੈਣੀਆਂ ਲੂਣੀਆਂ ਜਿਹੀਆਂ ਪਹਿਲਾਂ ਕੁੜੀਆਂ, ਨਹੀਂ ਨਹੀਂ ਲੈਣੀਆਂ ਰਹਿ ਗਈਆਂ, ਲੈਣੀਆਂ ਰਹਿ ਗਏ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਈ ਘਰੇ, ਠੀਕ ਆ। ਤੇ ਬਸ ਗੋਲ ਗੱਪੇ ਖਾਣੇ ਰਾਹ ਚੋਂ, ਤੂੰ ਤਾਂ ਕੋਈ ਏਡਾ ਖਾਸ ਕੰਮ ਹੈ ਨੀ ਆਪਾਂ ਨੂੰ, ਹੁਣੇ ਆਏ ਜੇ ਖੜਾ ਹੋਇਆ ਕਰਨਾ ਹਰੇਕ ਮੋੜ ਜੀ ਤੜਾ ਕੇ ਜੇ ਗੱਡੀ ਬੈਕ ਕਰ ਲਓ ਜੀ, ਗਾਹ ਨੂੰ ਕਰ ਲਓ ਜੀ, ਬੈਕ ਨੂੰ ਕਰ ਲਓ ਜੀ, ਗਾਹ ਨੂੰ ਕਰ ਲਓ ਜੀ, ਤੇ ਲਓ ਵੀ ਹੁਣ ਇਹਨਾਂ ਨੂੰ ਛਕਾ ਦੇ ਗੋਲ ਗੱਪੇ। ਹਾਂ ਪਰਸੋਂ ਮਾਰਨਿੰਗ ਚੱਲਾਂਗੇ, ਟੇਲਰ ਦਾ ਫੋਨ ਆ ਜਾਂਦਾ, ਆਉਣ ਵਾਲੇ ਦਿਨ ਬਾਈ ਨੇ ਦੁਕਾਨ ਨੀ ਖੋਲੀ, ਇੱਧਰ ਆ ਕੇ ਪਹਿਲੀਆਂ ਜੀ ਖੜ ਕੇ ਕਹਿੰਦੇ ਅਸੀਂ ਗੋਲ ਗੱਪੇ ਖਾਣੇ ਆ, ਪੀਤੇ ਕਹਿੰਦੇ ਦਹੀਂ ਭੱਲੇ ਲਿਆਓ ਮੇਰੇ ਹੱਥੇ, ਦੋ ਮੈਂ ਦੋ ਖਾਊਂਗੀ, ਹਾਂ ਇੱਕ ਟਿੱਕੀ, ਮੈਂ ਟਿੱਕੀ ਦਾ ਹਜੇ ਉਹਨਾਂ ਨੂੰ ਵੱਟ ਕੇ ਦਿੱਤਾ ਵੀ ਤਾਂ ਸੈੱਟ ਲੈਣ ਦਿਓ, ਤੱਤੀ ਤੱਤੀ ਥੋੜੀ ਖਾਣੀ ਆ। ਪਾਪੇ ਨੂੰ ਵਾਜਾਂ ਮਾਰੀ ਜਾਂਦੀ, ਕਹਿੰਦੀ ਆਓ ਡੈਡੀ ਜੀ ਤਰੋ ਪੱਠਾ, ਪਾਪਾ ਕਹਿੰਦਾ ਖੜ ਜਾ ਪੁੱਤ ਤੈਨੂੰ ਮੈਂ ਹੀ ਤਰੂੰਗਾ, ਤੈਨੂੰ ਸਾਰੇ ਭੁੱਲ ਜਾਂਦੇ ਆ। ਮੰਮੀ ਨੇ ਵੜਨਾ ਜੋ ਸਾਡੇ ਰਿਸ਼ਤੇਦਾਰੀ ਚ ਜਿਹੜਾ ਕਹਿੰਦਾ ਕਰੇ ਨਾ ਬੱਚੀ ਲੈ ਜਾਣੀ ਆ। ਹਾਂ ਇੱਕ ਰਿਸ਼ਤੇਦਾਰੀ ਚ ਦੋ ਬੱਚੀਆਂ ਲਿਆਂਦੀਆਂ, ਹੋਰ ਕਿਹੜੀ ਰਿਸ਼ਤੇਦਾਰੀ ਚ ਮੰਮੀ ਬੱਚੀ ਲੈ ਜਾਵੇ, ਕਿੰਨੀਆਂ ਕਰਤੀਆਂ ਇੰਨੀਆਂ ਤੇ ਨਜ਼ਾਰੇ ਸੀਗੇ ਤੇ 6 ਵੱਜ ਗਿਆ। ਹਾਂ 6 ਵੱਜ ਗਏ ਆ ਗੇ ਤੇ ਹੁਣ ਚੱਲਦੇ ਆ ਗੇ, ਤੇ ਆ 2 ਲੀਟਰ ਲਈ ਆਪਣੀ ਪਾਣੀ ਦੀ ਬੋਟਲ ਆਪਾਂ ਜਿਹੜੀ ਨਾਲ ਭਰ ਲਈ ਆ, ਇਹੀ ਤੋਰੀਆਂ ਤੜਵਾਊਗੀ, ਊਂ ਤਾਂ ਨੀ ਸਾਡੇ ਤੋਂ ਟੁੱਟ ਦੇਣਾ ਟੱਟ ਦੇਣਾ, ਕਿਉਂਕਿ ਗਰਮੀ ਇੰਨੀ ਆ ਚੱਕਰ ਆਉਣ ਵਾਲੇ ਹੋ ਜਾਂਦੇ ਆ ਬਈ। ਮੈਂ ਤਾਂ ਹੁਣ ਸ਼ਰਟ ਨੂੰ ਜੋੜ ਕੇ ਪੱਖੇ ਮੂਹਰੇ ਪਾਤੀ ਸੀਗੀ, ਇੱਕ ਵਾਰੀ ਹੁਣ ਹੋ ਗਈ ਠੰਡੀ ਠੰਡੀ ਚੈਲਡ ਪੂਰੀ, ਤੇ ਹੁਣ ਚੱਲਦੇ ਆ ਤੇ ਠੰਡੇ ਠੰਡੇ ਵਾਰ ਤੋੜ ਕੇ ਆਉਣੇ ਆ ਤੋਰੀਆਂ। ਤੋਰੀਆਂ ਤੋੜ ਕੇ ਪਹੁੰਚ ਗਈਆਂ ਤੇ ਅੱਜ ਜਿਹੜੇ ਕਹਿੰਦੇ ਨਾ ਡਿਫਰੈਂਟ ਥੋੜਾ ਜਿਹਾ ਕੀ ਆਉਂਦੇ ਹੁੰਦੇ ਉਹਨੂੰ ਫਲੇਵਰ ਦੀ ਮੰਗ ਕੀਤੀ ਗਈ ਸੀ, ਅੱਜ ਮੰਗ ਕੀਤੀ ਗਈ ਸੀਗੀ ਬਟਰ ਸਕੋਚ ਦੀ,
ਇੱਥੇ ਨਜ਼ਾਰਾ ਆ ਗਿਆ, ਅੰਦਰ ਠੰਡ ਪਈ ਘੁੱਟ ਪੀ ਕੇ। ਵੈਸੇ ਨਾ ਕਈ ਕਹਿ ਜਾਂਦੇ ਆਹ ਨਹੀਂ ਖਾਣਾ ਚਾਹੀਦਾ, ਆਹ ਨਹੀਂ ਪੀਣਾ ਚਾਹੀਦਾ, ਆਹ ਨਾ ਕਰੋ, ਇਹ ਨਾ ਕਰੋ, ਜਿੰਨਾ ਚਿਰ ਸਰੀਰ ਸੈੱਟ ਆ ਨਾ ਸਾਥ ਦਿੰਦਾ ਸਭ ਕੁਝ ਬਲੇਟਾ ਕਰੋ ਬਈ, ਹੈ ਮੀਟ ਵੀ ਵੈੱਜ ਨੋਨ ਵੈੱਜ ਜਿਹੜਾ ਕੋਈ ਜੀ ਕਰਦਾ ਬਲੇਟਾ ਕਰੋ। ਉੱਧਰੋਂ ਪਾਪਾ ਕਹਿੰਦਾ ਆਊਟਰ ਲਾਈ ਜਾਂਦਾ ਤੂੰ ਆਹ ਕਰ, ਮੰਮੀ ਕਹਿੰਦੇ ਮੇਰੇ ਤੋਂ ਕੁਛ ਨਹੀਂ ਹੁੰਦਾ, ਗਰਮੀ ਬਾਹਲੀ ਸੀ ਬਈ, ਇਹ ਤਾਂ ਹੁਣ ਹਵਾ ਜੀ ਛੱਡਤੀ, ਰੱਬ ਨੇ ਮਾੜਾ ਜਿਹਾ ਨਜ਼ਾਰਾ ਜਿਹਾ ਲਿਆਤਾ। ਬਾਕੀ ਜਦੋਂ ਛਡਾਉਣਾ ਆਇਆ ਤਾਂ ਡਾਕਟਰਾਂ ਨੇ ਛਡਾ ਹੀ ਦੇਣਾ, ਕਹੀ ਦੇਣਾ ਵੀ ਆਹ ਨਾ ਖਾਓ ਆਹ ਨਾ ਖਾਓ, ਪਲੇਟ ਹੀ ਤੁਰਾਇਆ ਕਰੋ, ਜੋ ਛੱਡਿਆ ਜਾਣਾ ਆਪੇ ਛਡਾ ਦੇਣਾ। ਕਿਉਂ ਆਉਂਦੇ ਆ ਨਾ ਵੱਡੇ ਵੱਡੇ ਵਿਚਾਰ ਮਾਨ ਚ, ਇੱਥੇ ਤਾਂ ਆਹੀ ਰੰਡੀ ਰੋਣੀ ਰਹਿਣੇ ਆ, ਕਦੇ ਢਿੱਡ ਭਰਨਾ ਹੀ ਨੀਗਾ। ਬਟਰਸਕੋਚ ਵਾਲਾ ਦੁੱਧ ਪੀ ਲਿਆ ਤੇ ਨਜ਼ਾਰੇ ਬੰਨ ਤੇ, ਉਧਰੋਂ ਰੱਬ ਨੇ ਨਜ਼ਾਰੇ ਬੰਨ ਤੇ ਆ, ਕਿਉਂਕਿ ਜਿਹੜੀ ਹਵਾ ਗੀ ਪੂਰੀ ਵਧੀਆ ਚੱਲੀ ਜਾਂਦੀ ਆ, ਉਹ ਵੇਖੋ ਆਪਣੀ ਟਾਹਲੀ ਨਿੰਮ ਕਿਵੇਂ ਹਿਲਦੀ ਆ ਨਾ, ਤੇ ਉਹ ਨਾਲ ਤੂਤ ਤੇ ਹੁਣ ਬਾਲਟੀਆਂ ਖਾਲੀ ਕਰਦੇ ਹਾਂ, ਕ੍ਰੇਟ ਭਰਦੇ ਹਾਂ ਤੇ ਫਿਰ ਨਾਲ ਹੀ ਪਸ਼ੂਆਂ ਨੂੰ ਪਾਣੀ ਪਿਆ ਦਾਂਗੇ, ਨਾਲ ਹੀ ਨਵਾ ਦਿਆਂਗੇ, ਨਾਲੇ ਵਿੱਚੀ ਆਪ ਨਹਾਵਾਂਗੇ। ਕਿੱਦਾਂ ਜੀ ਫਿਰ 8 ਵੱਜ ਗਿਆ ਕਿ ਸਾਹ ਹੁਣ ਨਹਾ ਧੋ ਕੇ ਹੋ ਚੁੱਕਿਆ ਗੇ ਵਿਹਲੇ, ਤੇ ਮੰਮੀ ਹਰੀਆਂ ਚੋਈ ਜਾਂਦੀਆਂ ਨੇ ਧਾਰਾਂ, ਇਹ ਵੀ ਲੱਗੀਆਂ ਮੈਂ ਦਵਾ ਦਾ ਆਪਦਾ ਕੰਮ ਖਿੱਚਣ, ਮੈਨੂੰ ਆਇਆ ਸੀ ਇਸ ਵੇਲੇ ਸਾਰਿਆਂ ਨੂੰ ਆਇਆ ਹੁੰਦਾ, ਮੰਮੀ ਹਰਾਂ ਨੂੰ ਆਇਆ ਹੁੰਦਾ ਸਾਡਾ ਕੰਮ ਛੇਤੀ ਨਿਬੜ ਜੇ, ਹੈ ਨਾ, ਅਤੇ ਅਸੀਂ ਅੰਦਰ ਚੱਲ ਜਾਈਏ ਟਾਈਮ ਨਾਲ ਉੱਥੇ ਰੋਟੀ ਪਾਣੀ ਪਕਾ ਲਈਏ, ਅਤੇ ਇੱਧਰ ਬਰਾੜ ਸਾਹਿਬ ਉਹਨਾਂ ਨੂੰ ਇੱਦਾਂ ਹੁੰਦਾ ਵੀ ਸਾਡਾ ਕੰਮ ਛੇਤੀ ਨਿਬੜ ਜੇ ਅਤੇ ਅਸੀਂ ਜਿਹੜੀ ਆ ਆਪਣਾ ਕੁੱਤੇ ਭਗਾਈ ਕਰਿਆ ਕਿ 10 ਮਿੰਟ ਬਾਹਰ ਨੂੰ ਚੱਲਿਆ ਗਿਆ ਇਸ ਵੇਲੇ 11 ਬਿੱਲੀਆਂ ਕੋਲ, ਅਤੇ ਬਾਕੀ ਬਈ ਇੱਕ ਮੂਲ ਮਿਰਚਾਂ ਲਿਫਾਫਾ ਵੀ ਲੈ ਕੇ ਜਾਣਾ ਮਾਲੀ ਨਾਲ ਧਰਨਾ, ਅਤੇ ਬਾਕੀ ਅੱਜ ਦੇ ਵਲੋਗ ਦਾ ਕਰਨ ਲੱਗਿਆਂਗੇ ਇੱਥੇ ਐਂਡ। ਜਿਹਨਾਂ ਨੇ ਇੱਥੋਂ ਤੱਕ ਵੀਡੀਓ ਦੇਖ ਕੇ ਲਾਈਕ ਕੀਤੇ ਬਿਨਾਂ ਬਿਲਕੁਲ ਨਾ ਜਾਇਓ, ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਕਰ ਲਿਓ ਸਬਸਕ੍ਰਾਈਬ। ਇੱਕ ਚੀਜ਼ ਦਿਖਾਉਣਾ ਤੁਹਾਨੂੰ, ਵੇਖੋ ਇੱਧਰ ਕਿੰਨਾ ਸੋਹਣਾ ਕਲਰ ਆ ਰਿਹਾ ਨਾ, ਔਰੇਂਜ ਔਰੇਂਜ, ਅਤੇ ਬਾਕੀ ਬਈ ਫਿਰ ਠੀਕ ਆ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਸੋ ਮਿਲਦੇ ਕੱਲ੍ਹ ਨੂੰ ਇੱਕ ਹੋਰ ਨਵੇਂ ਜਿਹੇ ਵਲੋਗ ਨਾਲ, ਟਿਲ ਦਿਨ ਬਾਬਾ ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ।